ਤੁਹਾਨੂੰ ਤੁਸੀਂ ਪਹਿਲਾਂ ਦੱਸਿਆ ਨਹੀਂ ਸੀਗਾ ਇਹਨਾਂ ਨੂੰ ਕਿ ਮੈਂ ਮਤਲਬ ਥੋੜ੍ਹਾ ਜਿਹਾ ਪ੍ਰੋਬਲਮ ਆ ਮੈਨੂੰ ਜਾਂ ਕੁਛ ਫਿਜ਼ੀਕਲੀ ਫਿੱਟ ਨਹੀਂ ਹੈਗਾ? ਨਹੀਂ ਵੀਰੇ, ਮੈਂ ਕੁਛ ਨਹੀਂ ਦੱਸਿਆ ਸੀ ਇਹਨਾਂ ਨੂੰ, ਮੈਨੂੰ ਇਹ ਸੀ ਕਿ ਮੈਂ ਦੱਸਾਂਗਾ ਜ਼ਰੂਰ, ਪਰ ਕੋਈ ਟਾਈਮ ਆਉਣ 'ਤੇ ਦੱਸਾਂਗਾ, ਪਰ ਮੈਂ ਇਹਨਾਂ ਨੂੰ ਹਾਂ ਜ਼ਰੂਰ ਸਾਡੀ ਗੱਲ ਹੁੰਦੀ ਸੀ ਨਾ, ਮੈਂ ਸਿਰਫ ਇਹੀ ਗੱਲ ਕਹਿੰਦਾ ਸੀ ਵੀ ਤੁਸੀਂ ਮੈਨੂੰ ਦੇਖੋਗੇ ਛੱਡ ਦੋਗੇ, ਤੁਸੀਂ ਮੈਨੂੰ ਦੇਖੋਗੇ ਛੱਡ ਦੋਗੇ। ਇਹ ਕਹਿੰਦੇ ਹੁਣ ਤੂੰ ਖੁਸ਼ ਹੈ ਵੀ ਮੈਂ ਤੈਨੂੰ ਨਹੀਂ ਛੱਡਦੀ। ਮੈਂ ਦੀਦੀ ਨੂੰ ਇਹ ਜਵਾਬ ਦੇਤਾ ਵੀ ਕੋਈ ਨਾ, ਤਾਂ ਇਹ ਤੁਹਾਡੇ ਲੱਤਾਂ ਨਹੀਂ, ਤੁਸੀਂ ਬਾਹਾਂ ਨਹੀਂ, ਤੁਸੀਂ ਠੀਕ ਹੈ ਮੇਰੇ ਵੱਲੋਂ ਹਾਂ ਇਹ ਨਾ, ਤਾਂ ਮੈਂ ਤੁਹਾਨੂੰ ਹਾਂ ਕਹਿਤੀ, ਮੈਂ ਤੁਹਾਡੇ ਨਾਲ ਖੜਾਂਗੀ। ਮੈਨੂੰ ਨਾ ਪਰਮਾਤਮਾ ਨੇ ਜੋ ਮੇਰੀ ਜ਼ਿੰਦਗੀ 'ਚ ਲਿਖਤਾ ਨਾ, ਮੈਨੂੰ ਤੁਸੀਂ ਮਨਜ਼ੂਰ ਹੋ, ਮੈਂ ਵਾਪਸ ਨਹੀਂ ਜਾਂਦੀ, ਮੈਨੂੰ ਕਬੂਲ ਹੋ। ਭਾਵੁਕ ਵੀ ਹੋ ਰਹੇ ਹੋ ਮਾੜਾ ਮਾੜਾ। ਹਾਂਜੀ, ਮੇਰੇ ਫਾਦਰ ਸਾਹਿਬ ਵਿਚਾਰੇ ਕਰਦੇ ਨੇ, ਮੈਂ ਮੇਰਾ ਸਰੀਰ ਸੈੱਟ ਹੁੰਦਾ, ਮੈਂ ਕਿਤੇ ਫੈਕਟਰੀ 'ਚ ਲੱਗ ਜਾਂਦਾ ਜਾਂ ਕੋਈ ਹੈਲਪ ਕਰਦਾ ਉਹਨਾਂ ਦੀ ਮੈਂ, ਪਰ ਪਰਮਾਤਮਾ ਨੇ ਇਸ ਕਾਬਲ ਨਹੀਂ ਬਣਾਇਆ ਮੈਨੂੰ ਕਿ ਮੈਂ ਉਹਨਾਂ ਦੀ ਕੁਝ ਹੈਲਪ ਕਰ ਸਕਾਂ ਜਾਂ ਕੁਝ ਵੀ, ਹੈ ਨਾ। ਅਤੇ ਬਸ ਇਹੀ ਗੱਲ ਦਾ ਦੁੱਖ ਰਹਿੰਦਾ ਸੀ ਮਨ 'ਚ ਫਿਰ, ਅਤੇ ਬਸ ਮਾਂ ਪਿਓ ਨੇ ਹੀ ਸਾਥ ਦਿੱਤਾ ਜੀ। ਅਤੇ ਇੱਕ ਮੇਰਾ ਵੀਰ ਗੁਰਜੰਟ UK ਤੋਂ, ਮੇਰਾ ਮੇਰੇ ਤਾਏ ਦਾ ਮੁੰਡਾ, ਮਤਲਬ ਕਿ ਸ਼ਰੀਕੇ 'ਚ ਸਾਡੇ 'ਚ ਸੱਕਿਆ ਤਾਂ ਨਹੀਂ ਪਰ ਮੇਰਾ ਸੱਕਿਆ ਤੋਂ ਵੱਧ ਕੇ, ਉਹਨੇ ਮੈਨੂੰ ਕਦੇ ਵੀ ਕਿਸੇ ਚੀਜ਼ ਤੋਂ ਨਾਂਹ ਨਹੀਂ ਕੀਤੀ, ਨਾ ਕਦੇ ਜਵਾਬ ਦਿੱਤਾ, ਮੇਰੇ ਨਾਲ ਹਰੇਕ ਸਪੋਰਟ ਕੀਤੀ ਹੈ ਕਿ ਜੇ ਹੱਥ ਫੜੂੰਗਾ ਤਾਂ ਸਿਵਿਆਂ ਤੱਕ ਫੜੂੰਗਾ, ਨਹੀਂ ਤਾਂ ਫੜੂੰਗਾ ਹੀ ਨਹੀਂ। ਉਹ ਸਟੈਂਡ ਤਾਂ ਹੈਗਾ ਨਾ ਫਿਰ, ਉਸ ਚੀਜ਼ ਹੈਗਾ ਜੀ, ਹੈਗਾ ਉਹ ਸਟੈਂਡ ਹੈਗਾ ਇਹਨਾਂ ਦਾ। ਬਸ ਇਹ ਮੈਨੂੰ ਆ, ਮੇਰਾ ਕੋਈ ਸਾਥ ਨਾ ਦੇਵੇ, ਬਸ ਇਹ ਹੈਗੇ ਆ ਮੇਰੇ ਨਾਲ, ਠੀਕ ਆ। ਪਾਉਣ ਵਾਲਾ ਕਦਰ ਪੱਥਰਾਂ ਦੀ ਵੀ ਪਾ ਲੈਂਦਾ ਹੈ, ਅਤੇ ਨਾ ਪਾਉਣ ਵਾਲਾ ਹੱਥੋਂ ਹੀਰਾ ਵੀ ਗਵਾ ਲੈਂਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ, ਅਤੇ ਮੈਂ ਹਾਂ ਸੁਜਲ ਧਵਨ। ਇੱਕ ਇਹੋ ਜਿਹੀ ਹੀਰਿਆਂ ਵਰਗੀ ਜੋੜੀ ਦੇ ਨਾਲ ਤੁਹਾਨੂੰ ਅੱਜ ਮਿਲਾਉਂਦੇ ਹਾਂ, ਅਤੇ ਇਹਨਾਂ ਦਾ ਲਵ ਸਟੋਰੀ ਕੀ ਆ ਸਾਰੀ ਤੁਹਾਨੂੰ ਜਾਗਰੂਕ ਵੀ ਕਰਾਉਂਦੇ ਹਾਂ, ਅਤੇ ਸਮਾਜ ਦੇ ਵਿੱਚ ਆਪਣੇ ਪਿਆਰ ਦਾ ਸਬੂਤ ਦੇਣ ਦੇ ਲਈ ਇਹ ਹਰ ਜਗ੍ਹਾ ਖੜ੍ਹੇ ਨੇ। ਲੱਕੀ ਅਤੇ ਦਿਲਜੀਤ ਜੀ ਸਾਡੇ ਨਾਲ ਮੌਜੂਦ ਨੇ। ਇਹਨਾਂ ਦੀ ਲਵ ਸਟੋਰੀ ਅਜਿਹੀ ਲਵ ਸਟੋਰੀ ਹੈ ਜੋ ਕਿ ਇਤਿਹਾਸ ਵੀ ਬਦਲ ਦਿੰਦੀ ਹੈ, ਕਿਉਂਕਿ ਜਿਹੜੇ ਬਾਈ ਜੀ ਨੇ ਉਹ ਸਪੈਸ਼ਲ ਨੇ, ਥੋੜ੍ਹਾ ਜਿਹਾ ਹੈਂਡੀਕੈਪ ਨੇ, ਜਿਸ ਕਰਕੇ ਉਹਨਾਂ ਨੂੰ ਕੰਮਕਾਰ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਅਤੇ ਜਿਹੜੀ ਭਾਬੀ ਹੈ ਉਹ ਬਿਲਕੁਲ ਠੀਕ ਨੇ। ਅਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਮੁਲਾਕਾਤ ਕਿੱਥੋਂ ਹੋਈ, ਅਤੇ ਅੱਗੇ ਕਿੱਥੇ ਤੱਕ ਲਵ ਸਟੋਰੀ ਇਹਨਾਂ ਦੀ, ਅੱਗੇ ਤੱਕ ਕਿੱਦਾਂ ਸਟਾਰਟਿੰਗ ਹੋਈ ਸੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਬਾ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਮਿਲੇ ਸੀਗੇ? ਵੀਰੇ, ਅਸੀਂ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਸਾਡੀ ਗੱਲਬਾਤ ਹੋਈ ਸੀ ਜੀ, ਅਤੇ ਮਤਲਬ ਕਿ ਇਹ ਇੰਸਟਾਗ੍ਰਾਮ ਚਲਾਉਂਦੇ ਸੀ, ਅਤੇ ਅਸੀਂ ਨਵੇਂ ਹੀ ਚਲਾਈ ਦਿੰਦੇ ਸੀ। ਹਾਂਜੀ। ਅਤੇ ਮਤਲਬ ਕਿ ਇਹ ਨਾ, ਇਹਨਾਂ ਦੀ ਆਦਤ ਸੀ ਵੀ ਜਿਹਨਾਂ ਦੇ ਲਾਈਕ ਘੱਟ ਸੀ ਇਹ ਉਹਨਾਂ ਨੂੰ ਮਤਲਬ ਕਿ ਲਾਈਕ ਕਰ ਦਿੰਦੇ ਸੀ ਜੀ। ਅਤੇ ਮੇਰੀ ਇਹਨਾਂ ਦੇ ਕੋਲ ਅੱਗੇ ਵੀਡੀਓ ਸ਼ੋਅ ਹੋ ਗਈ, ਇਹਨਾਂ ਨੇ ਲਾਈਕ ਕਰਤਾ, ਚਲੋ ਮੈਂ ਦੇਖਿਆ, ਮੈਂ ਕਿਹਾ ਮੈਨੂੰ ਕਿਸੇ ਕੁੜੀ ਨੇ ਲਾਈਕ ਕਰਤਾ, ਅਤੇ ਚਲੋ ਮੈਨੂੰ ਇਹ ਸੀ ਵੀ ਯਾਰ ਮੈਨੂੰ ਕਿਹੜਾ ਕੋਈ ਲਾਈਕ ਲੂਈਕ ਕਰਦਾ, ਚਲੋ ਹੁੰਦਾ ਹੀ ਹੈ ਨਾ, ਦੇਖੋ ਬੰਦਾ ਹੋ ਜਾਂਦਾ। ਅਤੇ ਇਹਨਾਂ ਨੇ ਮੈਨੂੰ ਲਾਈਕ ਕਰਤਾ, ਅਤੇ ਮੈਂ ਦੇਖਿਆ ਇਹਨਾਂ ਦੀ ਆਈਡੀ ਖੋਲ੍ਹ ਕੇ, ਮੈਂ ਇਹਨਾਂ ਦੀਆਂ ਪੋਸਟਾਂ ਦੇਖੀਆਂ, ਫਿਰ ਮੈਂ ਇਹਨਾਂ ਨੂੰ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ। ਮੈਂ ਹਫ਼ਤਾ 10 ਦਿਨ ਇਹਨਾਂ ਨੂੰ ਮੈਸੇਜ ਕਰੀ ਗਿਆ, ਅਤੇ ਇਹਨਾਂ ਦਾ ਕੋਈ ਰਿਪਲਾਈ ਨਹੀਂ ਸੀ। ਫਿਰ ਬਾਅਦ 'ਚ ਇੱਕ ਦਿਨ ਇਹਨਾਂ ਨੇ ਰਿਪਲਾਈ ਕਿਹਾ, ਕਹਿੰਦੀ ਹਾਂਜੀ ਦੱਸੋ। ਮੈਂ ਕਿਹਾ ਵੀ ਪਲੀਜ਼ ਤੁਸੀਂ ਇੱਕ ਵਾਰੀ ਮੇਰੇ ਨਾਲ ਗੱਲ ਕਰ ਲਓਗੇ? ਅਤੇ ਇਹ ਕਹਿੰਦੇ ਤੁਸੀਂ ਇੱਦਾਂ ਹੀ ਦੱਸ ਦਿਓ ਕੀ ਗੱਲ ਕਰਨੀ ਹੈ। ਮੈਂ ਕਹਿੰਦੀ ਤੁਸੀਂ ਇੱਕ ਵਾਰੀ ਪਲੀਜ਼ ਮੇਰੇ ਨਾਲ ਗੱਲ ਕਰੋ ਵੀ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ। ਅਤੇ ਇਹਨਾਂ ਨੇ ਫਿਰ ਬਸ ਮਤਲਬ ਕਿ ਰਿਪਲਾਈ ਨਹੀਂ ਕੀਤਾ। ਇਹ ਕਹਿੰਦੇ ਵੀ ਗੁੱਡੀ ਗੁੱਡਿਆਂ ਦਾ ਥੋੜ੍ਹਾ ਖੇਲ ਹੈ, ਹੈ ਨਾ, ਵੀ ਤੁਸੀਂ ਕਿਸੇ ਦੀ ਲਾਈਫ ਤੋਂ ਜਾਣੇ ਬਿਨਾਂ ਆਪਾਂ ਕਿਸੇ ਨੂੰ ਇੱਦਾਂ ਥੋੜ੍ਹਾ ਕਹਿ ਸਕਦੇ ਹਾਂ। ਅਤੇ ਇਹਨਾਂ ਨੇ ਮਤਲਬ ਕਿ ਚੱਕ ਕੇ ਫਿਰ ਮੈਨੂੰ ਬਲੌਕ ਕਰਤਾ ਜੀ। ਅਤੇ ਬਸ ਫਿਰ ਮੈਂ ਇਹਨਾਂ ਦੀਆਂ ਪੋਸਟਾਂ ਚੱਕੀਆਂ ਹੋਈਆਂ ਸੀ, ਮੈਂ ਮਤਲਬ ਕਿ ਸਟੋਰੀ ਕਿਤੇ ਪਾਉਂਦੀ ਇਹਨਾਂ ਨਾਲ ਪਾ ਦਿੰਦਾ, ਫੋਟੋ ਜੋੜ ਜੋੜ ਕੇ ਇਹਨਾਂ ਨਾਲ ਪਾ ਦਿੰਦਾ ਸੀ ਮੈਂ। ਅੱਛਾ, ਉਹਨਾਂ ਦੀ ਤੁਸੀਂ ਫੋਟੋ ਆਪਣੀ ਇੰਸਟਾਗ੍ਰਾਮ 'ਤੇ ਪਾ ਦਿੰਦੇ? ਹਾਂਜੀ, ਆਪਣੇ 'ਤੇ ਮੈਂ ਪਾ ਦਿੰਦਾ ਸੀ, ਅਸੀਂ ਜੋੜ ਜੋੜ ਮੈਂ ਇਕੱਠੀ ਇਹਨਾਂ ਨੇ ਫੋਟੋ ਜੋੜ ਕੇ ਨਾ ਮੈਂ ਸਟੋਰੀਆਂ ਪਾਉਣ ਲੱਗ ਗਿਆ ਸੀ ਇਹਨਾਂ ਦੀਆਂ। ਅਤੇ ਫਿਰ ਮਤਲਬ ਕਿ ਇੱਕ ਦਿਨ ਇਹਨਾਂ ਨੇ ਬਲੌਗ ਖੋਲ੍ਹਤਾ, ਫਿਰ ਇਹਨਾਂ ਨੇ ਮੇਰੀ ਸਟੋਰੀ ਦੇਖ ਲਈ ਜੀ। ਅਤੇ ਮੈਨੂੰ ਇਹ ਹੋ ਗਿਆ ਵੀ ਇਹਨਾਂ ਨੇ ਤਾਂ ਮੈਨੂੰ ਬਲੌਗ ਕੀਤਾ ਸੀ ਵੀ ਸਟੋਰੀ ਮੇਰੀ ਫਿਰ ਦੇਖ ਲਈ, ਅਤੇ ਮੈਂ ਫਿਰ ਇਹਨਾਂ ਨੂੰ ਮੈਸੇਜ ਸ਼ੁਰੂ ਕਰਤੇ, ਮੈਂ ਕਿਹਾ ਪਲੀਜ਼ ਤੁਸੀਂ ਇੱਕ ਵਾਰੀ ਮੇਰੇ ਨਾਲ ਗੱਲ ਕਰੋ। ਅਤੇ ਇਹ ਫ੍ਰੀ ਬੈਠੇ ਸੀ ਸ਼ੋਪ 'ਤੇ, ਕਹਿੰਦੇ ਚੱਲ ਕਾਲ ਕਰ ਲਓ ਤੁਸੀਂ। ਮੈਂ ਕਾਲ 'ਤੇ ਗੱਲ ਕੀਤੀ ਇਹਨਾਂ ਨਾਲ, ਅਤੇ ਮੈਂ ਕਿਹਾ ਵੀ ਇੱਦਾਂ ਕਰਕੇ ਮੈਂ ਵਿਆਹ ਕਰਵਾਉਣਾ। ਇਹ ਕਹਿੰਦੇ ਵੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਤੁਸੀਂ ਕਿਸੇ ਦੀ ਲਾਈਫ 'ਚ ਇੱਦਾਂ ਜਾਣੇ ਬਿਨਾਂ ਨਹੀਂ ਆਪਾਂ ਨਾ ਦੱਸ ਸਕਦੇ। ਅਤੇ ਫਿਰ ਮੈਂ ਕਿਹਾ ਨਹੀਂ, ਤੁਸੀਂ ਜਿੱਦਾਂ ਕਹੋਗੇ ਮੈਂ ਤੁਹਾਡੇ ਨਾਲ ਉੱਦਾਂ ਹੀ ਸਹਿਮਤ ਹਾਂ। ਇਹ ਕਹਿੰਦੇ ਮੈਂ ਵੀ ਉਹਦੇ ਨਾਲ ਹੀ ਗੱਲ ਕਰਨੀ ਵੀ ਜਿਹਦੇ ਨਾਲ ਮੈਂ ਵਿਆਹ ਕਰਵਾਉਣਾ ਵਾ। ਅਤੇ ਮੈਂ ਕਿਹਾ ਕੋਈ ਨਾ, ਮੈਂ ਵਿਆਹ ਵੀ ਕਰਵਾਊਂਗਾ ਤੁਹਾਡੇ ਨਾਲ ਜਿਵੇਂ ਤੁਸੀਂ ਕਹੋਗੇ, ਤੁਸੀਂ ਪਲੀਜ਼ ਇੱਕ ਵਾਰ ਨਾ ਗੱਲ ਕਰੋ। ਫਿਰ ਸਾਡੀ ਹੌਲੀ ਹੌਲੀ ਗੱਲ ਹੋਣ ਲੱਗ ਗਈ ਵਟਸਐਪ 'ਤੇ ਨੰਬਰ 'ਤੇ। ਫਿਰ ਇਹ ਮੈਨੂੰ ਕਹਿੰਦੇ ਵੀ ਨਾ ਮੈਨੂੰ ਨਾ ਯਕੀਨ ਨਹੀਂ ਹੈਗਾ ਵੀ ਜਿੱਥੇ ਤੱਕ ਤੁਸੀਂ ਆਪਣੀ ਫੈਮਿਲੀ ਨਾਲ ਗੱਲ ਨਹੀਂ ਕਰਵਾਉਂਦੇ। ਅਤੇ ਫਿਰ ਮੈਂ ਆਪਣੀ ਮੰਮਾ ਨੂੰ ਕਿਹਾ ਵੀ ਮੈਂ ਇੱਕ ਵਾਰੀ ਪਲੀਜ਼ ਤੁਸੀਂ ਗੱਲ ਕਰੋ। ਉਹਨਾਂ ਨੇ ਗੱਲ ਕਰੀ ਇਹਨਾਂ ਨਾਲ, ਅਤੇ ਇਹਨਾਂ ਨਾਲ ਫਿਰ ਥੋੜ੍ਹੇ ਕੁ ਫਿਰ ਇਹਨਾਂ ਨੂੰ ਮਤਲਬ ਕਿ ਹੋਇਆ, ਥੋੜ੍ਹੇ ਦਿਨ ਬਾਅਦ ਫਿਰ ਨਹੀਂ ਯਕੀਨ ਹੋਇਆ ਇਹਨਾਂ ਨੂੰ, ਇੱਦਾਂ ਸੀ ਕਿ ਕਿਸੇ ਹੋਰ ਨਾਲ ਹੀ ਗੱਲ ਕਰਵਾਤੀ ਮੇਰੀ, ਕਿਉਂਕਿ ਅੱਜ ਕੱਲ੍ਹ ਮੇਰੇ ਮੁੰਡੇ ਕਰਦੇ ਤੇ ਇਹ ਰਾਈਟ ਸੀ ਆਪਣੀ ਜਗ੍ਹਾ 'ਤੇ। ਅਤੇ ਫਿਰ ਮੈਂ
ਕਾਲ ਕੀਤੀ ਇਹਨਾਂ ਨੂੰ ਅਤੇ ਬਾਕੀ ਫਿਰ ਤੁਸੀਂ ਇਹਨਾਂ ਤੋਂ ਪੁੱਛ ਲਓ ਜੀ। ਨਹੀਂ ਅਤੇ ਤੁਹਾਨੂੰ ਤੁਸੀਂ ਪਹਿਲਾਂ ਦੱਸਿਆ ਨਹੀਂ ਸੀਗਾ ਇਹਨਾਂ ਨੂੰ ਕਿ ਮੈਂ ਮਤਲਬ ਥੋੜ੍ਹਾ ਜਿਹਾ ਪ੍ਰੋਬਲਮ ਆ ਮੈਨੂੰ ਜਾਂ ਕੁਛ ਫਿਜ਼ੀਕਲੀ ਫਿੱਟ ਨਹੀਂ ਹੈਗਾ? ਨਹੀਂ ਵੀਰੇ, ਮੈਂ ਕੁਛ ਨਹੀਂ ਦੱਸਿਆ ਸੀ ਇਹਨਾਂ ਨੂੰ, ਮੈਨੂੰ ਇਹ ਸੀ ਕਿ ਮੈਂ ਦੱਸਾਂਗਾ ਜ਼ਰੂਰ, ਪਰ ਕੋਈ ਟਾਈਮ ਆਉਣ 'ਤੇ ਦੱਸਾਂਗਾ, ਪਰ ਮੈਂ ਇਹਨਾਂ ਨੂੰ ਹਾਂ ਜ਼ਰੂਰ ਸਾਡੀ ਗੱਲ ਹੁੰਦੀ ਸੀ ਨਾ, ਮੈਂ ਸਿਰਫ ਇਹੀ ਗੱਲ ਕਹਿੰਦਾ ਸੀ ਵੀ ਤੁਸੀਂ ਮੈਨੂੰ ਦੇਖੋਗੇ ਛੱਡ ਦੋਗੇ, ਤੁਸੀਂ ਮੈਨੂੰ ਦੇਖੋਗੇ ਛੱਡ ਦੋਗੇ। ਪਹਿਲੀ ਵਾਰੀ ਕਿੱਥੇ ਦੇਖਿਆ ਤੁਸੀਂ? ਹਾਂਜੀ, ਮੈਂ ਤਾਂ ਪਹਿਲਾਂ ਮੰਨ ਲਓ ਇੰਸਟਾਗ੍ਰਾਮ 'ਤੇ ਜਦੋਂ ਇਹਨਾਂ ਦੀ ਵੀਡੀਓ ਲਾਈਕ ਕੀਤੀ ਅਤੇ ਫਿਰ ਉਸ ਤੋਂ ਬਾਅਦ ਮੈਂ ਪੋਸਟਾਂ ਹੀ ਦੇਖੀਆਂ ਸੀ ਇਹਨਾਂ ਦੇ, ਕਿਉਂਕਿ ਇਹਨਾਂ ਨੇ ਹਾਫ ਫੋਟੋਆਂ ਜੋ ਵੀ 10-15 ਪਾਈਆਂ ਸੀ ਹਾਫ ਪਾ ਰੱਖੇ ਸੀ। ਮੈਨੂੰ ਨਾ ਇਹਨਾਂ ਬਾਰੇ ਪਤਾ ਸੀ ਨਾ ਮੈਂ ਦੇਖਿਆ ਸੀ ਇਹਨਾਂ ਨੂੰ ਕਦੇ। ਮਿਲੇ ਸੀਗੇ ਪਹਿਲੀ ਵਾਰੀ ਮਿਲੇ ਸੀ ਤੁਸੀਂ ਜਦੋਂ? ਕਦੇ ਨਹੀਂ ਮਿਲੇ। ਹਾਂਜੀ, ਵਿਆਹ ਤੋਂ ਬਾਅਦ। ਅੱਛਾ, ਅਤੇ ਫਿਰ ਮੇਰੇ ਦੀਦੀ ਨੇ ਇਹਨਾਂ ਨਾਲ ਗੱਲ ਕੀਤੀ, ਕਹਿੰਦੇ ਵੀ ਦਲਜੀਤ ਤੁਸੀਂ ਵੀ ਕਿੱਥੋਂ ਆ? ਇਹਨਾਂ ਪੁੱਛਿਆ ਵੀ ਸਾਰੀ ਗੱਲ, ਫਿਰ ਇਹ ਕਹਿੰਦੇ ਵੀ ਮੇਰੇ ਨਾ ਬ੍ਰਦਰ ਦੀ ਲੱਕ 'ਚ ਥੋੜ੍ਹੀ ਜਿਹੀ ਪ੍ਰੋਬਲਮ ਹੈ ਜੀ, ਅਤੇ ਇਹ ਕਹਿੰਦੇ ਵੀ ਕੀ ਪ੍ਰੋਬਲਮ ਹੈ ਵੀ ਇਹ? ਉਹ ਕਹਿੰਦੇ ਵੀ ਇੱਦਾਂ ਕਰਕੇ ਉਹ ਥੋੜ੍ਹਾ ਜਿਹਾ ਟੇਢਾ ਤੁਰਦਾ ਵੀ ਤੁਸੀਂ ਜੇ ਤੁਸੀਂ ਗੱਲ ਕਰਨ ਲੱਗੇ ਹੋ, ਤੁਸੀਂ ਆਪਣਾ ਰਿਲੇਸ਼ਨ ਵਧਾਉਣ ਲੱਗੇ ਹੋ ਤਾਂ ਤੁਸੀਂ ਪਲੀਜ਼ ਇੱਕ ਵਾਰੀ ਉਹਨਾਂ ਨੂੰ ਮਿਲੋ ਜ਼ਰੂਰ, ਕਿਉਂਕਿ ਕੱਲ੍ਹ ਨੂੰ ਵੀ ਜੇ ਉਹਨੂੰ ਤੁਸੀਂ ਜਵਾਬ ਦਿੱਤਾ ਤਾਂ ਉੱਥੋਂ ਸਹੀ ਨਹੀਂ ਹੋਣਾ, ਕਿਉਂਕਿ ਵੀਰੇ ਮੇਰੇ ਨਾਲ ਪਹਿਲਾਂ ਹੋ ਚੁੱਕਿਆ ਇੱਦਾਂ, ਅਤੇ ਮੈਂ ਕਿਸੇ ਨਾਲ ਜਦੋਂ ਕਰਦਾ ਸੀ ਕਿਸੇ ਨਾਲ ਗੱਲਬਾਤ ਕਰਦਾ ਸੀ, ਮੈਂ ਟੁੱਟਿਆ ਹੋਇਆ ਸੀ ਬਾਹਲਾ, ਅਤੇ ਉਹਨਾਂ ਨੇ ਮੈਨੂੰ ਛੱਡਤਾ ਸੀ, ਮੈਂ ਬਹੁਤ ਜ਼ਿਆਦਾ ਕੀਤਾ ਸੀ ਉਹਨਾਂ ਦਾ, ਪਰ ਉਹਨਾਂ ਨੇ ਮੈਨੂੰ ਛੱਡਤਾ, ਉਸ ਤੋਂ ਮੈਂ ਟੁੱਟਿਆ ਸੀ। ਮੈਂ ਇੰਨੀ ਜ਼ਿਆਦਾ ਟੈਨਸ਼ਨ ਲੈ ਗਿਆ ਡਿਪਰੈਸ਼ਨ 'ਚ, ਫਿਰ ਮੇਰੀ ਦਵਾਈ ਵੀ ਚੱਲਦੀ ਸੀ ਅਤੇ ਹੁਣ ਤੱਕ ਵੀ ਚੱਲੀ ਦਵਾਈ, ਪਰ ਅਤੇ ਹੁਣ ਥੋੜ੍ਹਾ ਕੁ ਟਾਈਮ ਹੀ ਹੋਇਆ ਬੰਦ ਹੋਈ ਹੈ, ਅਤੇ ਫਿਰ ਉਹਨਾਂ ਨੇ ਟੁੱਟਿਆਂ ਨੂੰ ਫੁੱਲਾਂ ਵਰਗੀ ਕੁੜੀ ਨੇ ਆ ਕੇ ਸਹਾਰਾ ਦੇਤਾ। ਹਾਂਜੀ ਹਾਂ ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ। ਅਤੇ ਫਿਰ ਦਲਜੀਤ ਕਹਿੰਦੇ, ਫਿਰ ਇਹਨਾਂ ਨੇ ਜਵਾਬ ਸੀ ਇਹਨਾਂ ਦਾ, ਕਹਿੰਦੇ ਵੀ ਚਾਹੇ ਉਹ ਉਹਨਾਂ ਦੇ ਲੱਤਾਂ ਨਹੀਂ ਹੈਗੀਆਂ ਚਾਹੇ ਬਾਹਾਂ ਨਹੀਂ ਹੈਗੀਆਂ, ਵੀ ਮੈਂ ਕੋਈ ਨਾ ਉਹਨਾਂ ਨਾਲ ਵਿਆਹ ਕਰਵਾਉਂਗੀ। ਅਤੇ ਫਿਰ ਦੀਦੀ ਨੇ ਮੈਂ ਗੱਲ ਕਰਕੇ ਕੱਟਤਾ, ਫਿਰ ਮੈਨੂੰ ਦੀਦੀ ਨੇ ਕਾਲ ਨਹੀਂ ਕੀਤੀ, ਫਿਰ ਇਹਨਾਂ ਨੇ ਕੀਤੀ, ਕਹਿੰਦੇ ਵੀ ਤੁਸੀਂ ਮੈਨੂੰ ਦੱਸਿਆ ਨਹੀਂ ਹੈਗਾ ਇੱਦਾਂ ਕਰਕੇ। ਫਿਰ ਮੈਂ ਕਿਹਾ ਦਲਜੀਤ, ਮੈਂ ਤਾਂ ਇਹੀ ਗੱਲ ਕਹਿੰਦਾ ਸੀ ਵਾਰ ਵਾਰ ਵੀ ਤੁਸੀਂ ਜਦੋਂ ਮੈਨੂੰ ਦੇਖੋਗੇ ਤਾਂ ਛੱਡ ਦੋਗੇ। ਇਹ ਕਹਿੰਦੇ ਹੁਣ ਤੂੰ ਖੁਸ਼ ਹੈ ਵੀ ਮੈਂ ਤੈਨੂੰ ਨਹੀਂ ਛੱਡਦੀ। ਮੈਂ ਦੀਦੀ ਨੂੰ ਇਹ ਜਵਾਬ ਦੇਤਾ ਵੀ ਕੋਈ ਨਾ, ਤਾਂ ਇਹ ਤੁਹਾਡੇ ਲੱਤਾਂ ਨਹੀਂ, ਤੁਸੀਂ ਬਾਹਾਂ ਨਹੀਂ, ਤੁਸੀਂ ਠੀਕ ਹੈ ਮੇਰੇ ਵੱਲੋਂ ਹਾਂ ਇਹ ਨਾ, ਤਾਂ ਮੈਂ ਤੁਹਾਨੂੰ ਹਾਂ ਕਹਿਤੀ, ਮੈਂ ਤੁਹਾਡੇ ਨਾਲ ਖੜਾਂਗੀ। ਉਦੋਂ ਫਿਰ ਮੈਂ ਬਹੁਤ ਖੁਸ਼ ਹੋਇਆ, ਕਿਉਂਕਿ ਮੈਨੂੰ ਯਕੀਨ ਵੀ ਸੀ। ਨਹੀਂ, ਜਦੋਂ ਤੁਹਾਨੂੰ ਦੇਖਿਆ ਤੁਸੀਂ ਕਿ ਮਤਲਬ ਇੱਦਾਂ ਨਹੀਂ ਫਿਜ਼ੀਕਲੀ ਫਿੱਟ ਹੈਗੇ, ਅਤੇ ਤੁਹਾਨੂੰ ਨਹੀਂ ਹੋਇਆ ਕਿੱਥੇ ਜਾਂ ਤੁਹਾਡੇ ਘਰਦਿਆਂ ਨੇ ਤੁਹਾਨੂੰ ਪ੍ਰੈਸ਼ਰ ਨਹੀਂ ਕੀਤਾ ਕਿ ਯਾਰ ਤੂੰ ਰਹਿਣ ਦੇ ਹੋਰ ਬੜੇ ਮੁੰਡੇ ਨੇ ਜਾਂ ਕੁਛ ਇੱਦਾਂ, ਜਿੱਦਾਂ ਹੁਣ ਘਰਦਿਆਂ ਨੂੰ ਨਾ ਅਸੈਪਟ ਨਹੀਂ ਕਰਦੇ ਇੰਨੀ ਜਲਦੀ? ਦੇਖੋ, ਘਰਦਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਇਹਨਾਂ ਬਾਰੇ ਕੁਛ। ਅੱਛਾ, ਮੈਂ ਵੀ ਪਹਿਲੀ ਵਾਰ ਉਹ ਦੇਖਿਆ ਜਦੋਂ ਮੈਨੂੰ ਲੈ ਕੇ ਆਏ ਆ ਜੀ, ਉਦੋਂ ਪਹਿਲਾਂ ਮੈਂ ਦੇਖਿਆ ਨਹੀਂ ਨਾ, ਮੈਨੂੰ ਘਰਦਿਆਂ ਨੂੰ ਪਤਾ ਵੀ ਇਹ ਕਿਵੇਂ ਸੀਗੇ। ਹਾਂਜੀ, ਜਦੋਂ ਦੇਖਿਆ ਪਹਿਲੀ ਵਾਰ ਬੜਾ ਰੋਈ ਸੀ ਬਹੁਤ ਜ਼ਿਆਦਾ, ਮੰਨ ਲਓ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਸੀ ਹੈ ਨਾ, ਵੀ ਮੈਂ ਕਿੱਥੇ ਆ ਕਿੱਥੇ ਆ। ਅਤੇ ਫਿਰ ਇਹਨਾਂ ਨੇ ਮੇਰੀ ਬਾਂਹ ਫੜ ਕੇ ਮੈਨੂੰ ਗੱਡੀ 'ਚ ਬਿਠਾ ਲਿਆ ਅਤੇ ਮੈਂ ਬਹੁਤ ਰੋਈ, ਕਹਿੰਦੇ ਤੂੰ ਮੈਨੂੰ ਪਸੰਦ ਨਹੀਂ ਮੈਨੂੰ ਕਰਦੀ, ਤੂੰ ਜੇ ਨਹੀਂ ਪਸੰਦ ਤਾਂ ਤੂੰ ਮੁੜ ਜਾ ਵਾਪਸ। ਫਿਰ ਮੈਂ ਇਹਨਾਂ ਦੀ ਬਾਂਹ ਫੜ ਕੇ ਕਿਹਾ, ਮੈਂ ਕਿਹਾ ਮੈਨੂੰ ਨਾ ਪਰਮਾਤਮਾ ਨੇ ਜੋ ਮੇਰੀ ਜ਼ਿੰਦਗੀ 'ਚ ਲਿਖਤਾ ਨਾ, ਮੈਨੂੰ ਤੁਸੀਂ ਮਨਜ਼ੂਰ ਹੋ, ਮੈਂ ਵਾਪਸ ਨਹੀਂ ਜਾਂਦੀ, ਮੈਨੂੰ ਕਬੂਲ ਹੋ। ਭਾਵੁਕ ਵੀ ਹੋ ਰਹੇ ਹੋ ਮਾੜਾ ਮਾੜਾ? ਹਾਂਜੀ, ਕਿਉਂਕਿ ਮੈਨੂੰ ਪਤਾ ਕਿ ਮੇਰੇ ਬਚਪਨ ਤੋਂ ਹੀ ਤਾਨੇ ਮੇਰੇ ਵੱਜਣੇ ਸ਼ੁਰੂ ਹੋ ਗਏ ਸੀ, ਕਿਉਂਕਿ ਜਦੋਂ ਮੇਰੇ ਘਰਦਿਆਂ ਨੂੰ ਪਤਾ ਲੱਗਾ ਸੀ, ਕਿਉਂਕਿ ਮਾਂ ਪਿਓ ਨੂੰ ਤਾਂ ਇਹੀ ਆਸ ਹੁੰਦੀ ਹੈ ਕਿ ਸਾਡਾ ਬੱਚਾ ਸਹੀ ਹੋਏ ਕਿਤੇ ਨਾ ਕਿਤੇ, ਅਤੇ ਚੱਲ ਸਾਡੀ ਮਾਂ ਪਿਓ ਨੂੰ ਹੈਲਪ, ਕਿਉਂਕਿ ਮੇਰੇ ਫਾਦਰ ਸਾਹਿਬ, ਮੈਂ ਬਾਹਲਾ ਗਰੀਬੀ 'ਚ ਪਲਿਆ ਜੀ, ਅਤੇ ਗਰੀਬੀ ਸੀ ਬਾਹਲੀ, ਅਤੇ ਫਾਦਰ ਸਾਹਿਬ ਫੇਰੀ ਦਾ ਕੰਮ ਕਰਦੇ ਸੀ। ਮੈਨੂੰ ਵੀ ਹੁੰਦਾ ਸੀ ਯਾਰ ਕਿ ਮੇਰੇ ਫਾਦਰ ਸਾਹਿਬ ਵਿਚਾਰੇ ਕਰਦੇ ਨੇ, ਮੈਂ ਮੇਰਾ ਸਰੀਰ ਸੈੱਟ ਹੁੰਦਾ, ਮੈਂ ਕਿਤੇ ਫੈਕਟਰੀ 'ਚ ਲੱਗ ਜਾਂਦਾ ਜਾਂ ਕੋਈ ਹੈਲਪ ਕਰਦਾ ਉਹਨਾਂ ਦੀ ਮੈਂ, ਪਰ ਪਰਮਾਤਮਾ ਨੇ ਇਸ ਕਾਬਲ ਨਹੀਂ ਬਣਾਇਆ ਮੈਨੂੰ ਕਿ ਮੈਂ ਉਹਨਾਂ ਦੀ ਕੁਝ ਹੈਲਪ ਕਰ ਸਕਾਂ ਜਾਂ ਕੁਝ ਵੀ ਹੈ ਨਾ, ਅਤੇ ਬਸ ਇਹੀ ਗੱਲ ਦਾ ਦੁੱਖ ਰਹਿੰਦਾ ਸੀ ਮਨ 'ਚ। ਫਿਰ ਮੈਂ ਕਹਿੰਦਾ ਸੀ ਯਾਰ ਜਿਵੇਂ ਯਾਰਾਂ ਦੋਸਤਾਂ 'ਚ ਅਸੀਂ ਬੈਠੇ ਹੋਣਾ, ਅਤੇ ਕਦੇ ਵਿਆਹਾਂ ਛੇੜਨ ਦੀਆਂ ਗੱਲ ਛੇੜ ਜਾਣੀ, ਅਤੇ ਯਾਰ ਦੋਸਤ ਮੈਨੂੰ ਕਹਿ ਦਿੰਦੇ ਉਦਣ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ, ਅਤੇ ਇਹ ਚੀਜ਼ਾਂ ਬਾਹਲੀਆਂ ਦਿਲ ਨੂੰ ਲੱਗਦੀਆਂ ਸੀ ਵੀਰੇ। ਅਤੇ ਬੁੱਕ ਨਹੀਂ ਹੋਈ ਦਾ ਹੁੰਦਾ, ਪਰ ਅੱਜ ਉਹਨਾਂ ਦੇ ਮੂੰਹ ਦੇ ਉੱਤੇ ਉਹ ਤਾਨਾ ਉਹ ਚਪੇੜ ਤਾਂ ਵੱਜੀ ਹੋਈ ਆ ਨਾ। ਹਾਂ, ਉਹਨਾਂ ਤੋਂ ਵੱਧ ਕਾਮਯਾਬ ਹੋ ਅੱਜ ਤੁਸੀਂ? ਹਾਂਜੀ ਹਾਂ, ਪਰਮਾਤਮਾ ਨੇ ਇੰਨੀ ਕਿਰਪਾ ਕਰਤੀ ਕਿ ਮੈਨੂੰ ਇਹਨਾਂ ਦੇ ਸਿਰ 'ਤੇ, ਕਿਉਂਕਿ ਜਦੋਂ ਮੈਂ ਕੋਈ ਜਾਣਦਾ ਨਹੀਂ ਸੀ, ਅੱਜ ਸਾਰੇ ਜਿੱਥੇ ਵੀ ਅਸੀਂ ਕਿਤੇ ਬਾਹਰ ਜਾਂਦੇ ਹਾਂ ਸਾਨੂੰ ਮਿਲਦੇ ਨੇ, ਅਸੀਂ ਸਾਡੇ ਨਾਲ ਫੋਟੋਆਂ ਖਿਚਾਉਂਦੇ ਨੇ, ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ। ਨਹੀਂ ਦੇਖੋ, ਜਦੋਂ ਹੁਣ ਤੁਸੀਂ ਅੱਗੇ ਪੜ੍ਹੇ ਹੋਏ ਹੋ, ਸਕੂਲ ਵੀ ਗਏ ਹੋ, ਤੁਸੀਂ ਕਾਲਜ ਗਏ ਹੋ ਕਿ ਨਹੀਂ? ਹਾਂਜੀ, ਕਾਲਜ ਵੀਰੇ ਮੈਂ ਗਿਆ ਸੀ, ਮੈਂ ਰਾਜਪੁਰੇ PMN ਕਾਲਜ 'ਚ ਮੈਂ ਸੈਕਿੰਡ ਈਅਰ ਕਰੀ ਹੋਈ ਸੀ, ਫਾਈਨਲ 'ਚ ਫਿਰ ਮੈਂ ਥੋੜ੍ਹਾ ਜਿਹਾ ਬਿਮਾਰ ਹੋ ਗਿਆ ਸੀ, ਉਸ ਤੋਂ ਬਾਅਦ ਫਿਰ ਮੈਂ ਛੱਡਤੀ ਸੀ ਪੜ੍ਹਾਈ।
ਕਾਲਜ 'ਚ ਵੀ ਇਹੀ ਸੇਮ ਚੀਜ਼ਾਂ ਰਿਪੀਟ ਹੋਈਆਂ ਸੇਮ ਹਾਂਜੀ ਦੇਖਦੇ ਸੀ ਸਾਰੇ ਮਜ਼ਾਕ ਕਰਦੇ ਸੀ ਕੋਈ ਹਰੇਕ ਤਾਂ ਨਹੀਂ ਹੁੰਦਾ ਕੋਈ ਯਾਰੀ ਦੋਸਤੀ ਬਣੀ ਸੀ ਯਾਰੀ ਦੋਸਤੀ ਬਹੁਤ ਸੀ ਪਰ ਮੈਂ ਹਰੇਕ ਨਾਲ ਮੈਨੂੰ ਨਾ ਹਰੇਕ ਨਾਲ ਹੀ ਮੈਂ ਮੋਟਰਸਾਈਕਲ ਚੱਕ ਕੇ ਚਲੀ ਜਾਂਦਾ ਸੀ ਮੈਨੂੰ ਫਿਰ ਜਿਸ ਦਿਨ ਦਲਜੀਤ ਆਏ ਮੈਂ ਉਹਨਾਂ ਨੂੰ ਦੱਸਿਆ ਮੇਰਾ ਵੀ ਇੱਦਾਂ ਯਾਰ ਦੋਸਤ ਨੇ ਮੈਨੂੰ ਇਹ ਕਹਿੰਦੇ ਵੀ ਲੱਕੀ ਕੋਈ ਯਾਰ ਦੋਸਤ ਨਹੀਂ ਹੁੰਦਾ ਵੀ ਜਦੋਂ ਤੇਰੇ ਨਾਲ ਔਖਾ ਟਾਈਮ ਆਏਗਾ ਤੇਰੇ ਨਾਲ ਕਿਸੇ ਨੇ ਨਹੀਂ ਖੜਨਾ ਅਤੇ ਗੱਲ ਉਹੀ ਹੋਈ ਵੀਰੇ ਫਿਰ ਦਲਜੀਤ ਰਾਈਟ ਸੀ ਮੈਂ ਮੈਨੂੰ ਡੈਡੀ ਵੀ ਕਹਿੰਦਾ ਤੂੰ ਹਰੇਕ ਨਾਲ ਚੜ੍ਹ ਕੇ ਚਲੀ ਜਾਣਾ ਤੇਰੇ ਕੰਮ ਕਿਸੇ ਨੇ ਨਹੀਂ ਆਉਣਾ ਅਤੇ ਮੈਂ ਮਤਲਬ ਕਿ ਇੰਨਾ ਕੁ ਜਿੰਨਾ ਇੰਨਾ ਕੁ ਗਰੀਬੀ 'ਚ ਮੈਂ ਜ਼ਿਆਦਾ ਇੰਨਾ ਕੁ ਔਖਾ ਹੋਇਆ ਮੈਨੂੰ ਜੇ ਕਿਸੇ ਤੋਂ ਪੈਸੇ ਮੰਗੇ ਜਾਂ ਤਾਂ ਸਭ ਜਵਾਬ ਅਗਲਾ ਕਹਿੰਦਾ ਸੀ ਯਾਰ ਵੰਗਾਰੇ ਰਹਿਣ ਅਤੇ ਫੋਨ ਹੀ ਚੱਕਦੇ ਸੀ ਬੰਦ ਕਰ ਦਿੰਦੇ ਸੀ ਫੋਨ ਅਤੇ ਕਿਸੇ ਨੇ ਸਹਾਰਾ ਨਹੀਂ ਦਿੱਤਾ ਵੀਰੇ ਉਹ ਜਦੋਂ ਦਿਲ ਠਹਿਲਦਾ ਜਦੋਂ ਅਸੀਂ ਯਾਰਾਂ ਨਾਲ ਖੜ੍ਹੇ ਹੋਈਏ ਤਾਂ ਅੱਗੋਂ ਦੀ ਉਹ ਵਿਗਾਰ ਹੈ ਤਾਂ ਮੰਗਵਾਇਆ ਮੰਗ ਕੇ ਖਾਂਦਾ ਉਹ ਜਦੋਂ ਪਿੰਚ ਹੁੰਦਾ ਫਿਰ ਉਹ ਗੱਲਾਂ ਨੂੰ ਹਾਂਜੀ ਹਾਂ ਕੁਛ ਕੁ ਯਾਰਾਂ ਦੋਸਤਾਂ ਨੇ ਦੇ ਕੇ ਬਾਅਦ 'ਚੋਂ ਭੰਡਣਾ ਵੀ ਇਹਨੇ ਸਾਡੇ ਪੈਸੇ ਨਹੀਂ ਦਿੱਤੇ ਕੋਈ ਕੋਈ ਟਾਈਮ ਮਾੜਾ ਸੀ ਗੱਲਾਂ ਕਰਨ ਵਾਲੇ ਜਾ ਰਿਹਾ ਸੀ ਅਤੇ ਉਹ ਨਾਲ ਵਾਲੇ ਪਿੰਡਾਂ 'ਚ ਕਹਿਣਾ ਵੀ ਇਹਨੇ ਤਾਂ ਪੈਸੇ ਨਹੀਂ ਦਿੱਤੇ ਜੇ ਉਹ ਇੱਦਾਂ ਗੱਲ ਨਹੀਂ ਉਹ ਦਿਲ 'ਤੇ ਲਿਖੀ ਗੱਲਾਂ ਸੀ ਕੁਛ ਕੁ ਯਾਰ ਦੋਸਤ ਮੇਰੇ ਬਾਹਰ ਚਲੇ ਗਏ ਕੁਛ ਕਹਿੰਦੇ ਸੀ ਤੂੰ ਬਸ ਇੱਕ ਵਾਰੀ ਸਾਡੀਆਂ ਦੁਆਵਾਂ ਕਰਿਆ ਕਰ ਮੈਂ ਅਸੀਂ ਪਹੁੰਚੀਏ ਤੈਨੂੰ 50 ਪਾਉਂਡ ਪਾ ਤੇ 20 ਪਾਉਂਡ ਤਾਂ ਅੱਜ ਤੱਕ 1 ਸਾਲ ਹੋ ਗਿਆ ਫੋਨ ਤੱਕ ਨਹੀਂ ਆਇਆ ਕਿਸੇ ਦਾ ਅਤੇ ਬਸ ਸਿਰਫ ਮੇਰੇ ਸਿਸਟਰ ਕਹਿੰਦੇ ਮਾਂ ਪਿਓ ਤੋਂ ਜਿਹੜਾ ਪਿਓ ਹੁੰਦਾ ਨਾ ਉਹਦੀ ਯਾਰੀ ਸਭ ਤੋਂ ਜ਼ਿਆਦਾ ਗੂੜੀ ਹੁੰਦੀ ਹੈ ਅਤੇ ਬਸ ਮਾਂ ਪਿਓ ਨੇ ਹੀ ਸਾਥ ਦਿੱਤਾ ਜੀ ਅਤੇ ਇੱਕ ਮੇਰਾ ਵੀਰ ਗੁਰਜੰਟ UK ਤੋਂ ਮੇਰੇ ਤਾਏ ਦਾ ਮੁੰਡਾ ਮਤਲਬ ਕਿ ਸ਼ਰੀਕੇ 'ਚੋਂ ਸਾਡੇ 'ਚੋਂ ਸੱਕਾ ਤਾਂ ਨਹੀਂ ਪਰ ਮੇਰਾ ਸੱਕਿਆਂ ਤੋਂ ਵੱਧ ਕੇ ਉਹਨੇ ਮੈਨੂੰ ਕਦੇ ਵੀ ਕਿਸੇ ਚੀਜ਼ ਤੋਂ ਨਾਂਹ ਨਹੀਂ ਕੀਤੀ ਨਾ ਕਦੇ ਜਵਾਬ ਦਿੱਤਾ ਮੇਰੇ ਨਾਲ ਹਰੇਕ ਸਪੋਰਟ ਕੀਤੀ ਹੈ ਤਾਂ ਸਗੋਂ ਮੈਨੂੰ ਹਰੇਕ ਗੱਲ ਕਹਿੰਦਾ ਕਦੇ ਵੀ ਬਾਏ ਫਿਊਚਰ ਤੇਰੇ ਭਰਾ ਦੀ ਲੋੜ ਪਏ ਤਾਂ ਮੈਨੂੰ ਇੱਕ ਕਾਲ ਕਰਦੀ ਅਤੇ ਅੱਜ ਤੱਕ ਵੀ ਮੇਰੇ ਨਾਲ ਖੜਦਾ ਆ ਰਿਹਾ ਇਹ ਜਿੱਦਾਂ ਹੁਣ ਘਰਦਿਆਂ ਨੇ ਲਾਡਾਂ ਨਾਲ ਪਾਲਿਆ ਹੁੰਦਾ ਸਾਰਾ ਕੁਛ ਤੁਹਾਡਾ ਬਚਪਨ ਨਾ ਲਾਡਾਂ 'ਚ ਗਿਆ ਇਹਨਾਂ ਦਾ ਕਿਸੇ ਹੋਰ ਤਰੀਕੇ ਮਤਲਬ ਕਿੱਥੇ ਉੱਪਰ ਨੀਚੇ ਹੈ ਨਾ ਬਿਲਕੁਲ ਅਲਟ ਪਲਟ ਸੀਗਾ ਅਤੇ ਉਹ ਚੀਜ਼ ਫਿਰ ਜਦੋਂ ਤੁਸੀਂ ਇਹਨਾਂ ਦੀ ਸਾਰਾ ਪਾਸਟ ਜਾਣਿਆ ਅਤੇ ਫਿਰ ਉਹ ਜਾਣਨ ਤੋਂ ਬਾਅਦ ਕਿੱਥੇ ਨਾ ਕਿੱਥੇ ਪਿਆਰ ਵਧਿਆ ਤੁਹਾਡਾ ਕਿ ਇਮੋਸ਼ਨਸ ਜੁੜੇ ਫਿਰ ਨਹੀਂ ਜੀ ਮੈਂ ਤਾਂ ਹੁਣ ਤਾਂ ਜੋ ਵੀ ਆ ਮੇਰੇ ਲਈ ਇਹੀ ਨੇਗੇ ਜੋ ਵੀ ਆ ਪਰਮਾਤਮਾ ਨੇ ਮੇਰੀ ਜ਼ਿੰਦਗੀ 'ਚ ਲਿਖਿਆ ਇਹੀ ਆ ਗਈ ਚਾਹੇ ਮੈਂ ਭੁੱਖੀ ਮਰਾਂ ਚਾਹੇ ਧਿਆਈ ਮਰਾਂ ਮੈਨੂੰ ਐਂ ਬਸ ਮੈਨੂੰ ਰੋਟੀ ਮਿਲੀ ਜਾਂਦੀ ਹੈ ਬਹੁਤ ਆ ਇਸ ਤੋਂ ਜ਼ਿਆਦਾ ਉਮੀਦ ਨਹੀਂ ਰੱਖੀ ਨਾ ਰੱਖਣੀ ਹੈਗੀ ਜਿਸ ਦਿਨ ਸਤਿਗੁਰੂ ਨੇ ਦੇਣਾ ਆਪਣੇ ਆਪ ਦੇ ਦੂ ਜਦੋਂ ਪਰਮਾਤਮਾ ਨੇ ਲਿਖਿਆ ਨਾ ਮੇਰੀ ਲਾਈਫ 'ਚ ਮੈਂ ਬਦਲ ਨਹੀਂ ਸਕਦੀ ਕੋਈ ਵੀ ਨਹੀਂ ਬਦਲ ਸਕਦਾ ਮੈਨੂੰ ਮਨਜ਼ੂਰ ਆ ਵੀ ਜਿਵੇਂ ਵੀ ਹੈਗੇ ਆ ਹੁਣ ਕਿੱਦਾਂ ਘੁੰਮਣ ਜਾਂਦੇ ਹੋ ਇਕੱਠੇ ਜਦੋਂ ਹੁੰਦੇ ਹੋ ਲੋਕ ਖੁਸ਼ ਹੁੰਦੇ ਆ ਕਿ ਤਾਨੇ ਵਗੈਰਾ ਮਾਰ ਦਿੰਦੇ ਆ ਨਹੀਂ ਜੀ ਦੇਖੋ ਜਦੋਂ ਜਾਂਦੇ ਹਾਂ ਮੈਂ ਰੋਜ਼ ਇਹਨਾਂ ਦਾ ਹੱਥ ਫੜਿਆ ਹੁੰਦਾ ਗਾ ਘੁੰਮਣ ਜਾਂਦੇ ਹਾਂ ਕੁਛ ਖਾਣ ਪੀਣ ਜਾਂਦੇ ਹਾਂ ਸਬਜ਼ੀ ਵਗੈਰਾ ਲੈਣ ਜਾਂਦੇ ਹਾਂ ਅਤੇ ਮੈਂ ਸਾਡਾ ਹੱਥ ਫੜਿਆ ਮੈਂ ਦੇਖਦੀ ਨਹੀਂ ਕੋਈ ਹੈ ਰੋਡ 'ਤੇ ਕੋਈ ਹੈਗਾ ਚਾਹੇ ਨਹੀਂ ਮੈਨੂੰ ਸਿਰਫ ਆਇਆ ਮੈਂ ਇਹਨਾਂ ਨਾਲ ਤੁਰੀ ਜਾਂਦੀ ਹਾਂ ਮੈਂ ਦੇਖਦੀ ਕੋਈ ਹੱਸੇ ਕੋਈ ਮਜ਼ਾਕ ਕਰੇ ਮੇਰੀਆਂ ਖੁਦ ਦੀਆਂ ਮਾਸੀ ਦੀਆਂ ਕੁੜੀ ਦੀਆਂ ਜਿੰਮ ਕੁੜੀਆਂ ਨੇ ਇੰਨੇ ਕੁ ਗੰਦੇ ਕਮੈਂਟ ਕਰਦੇ ਆ ਨਾ ਸਾਨੂੰ ਪਤਾ ਉਹ ਕਮੈਂਟ ਕਰ ਰਹੇ ਆ ਇਹਨਾਂ ਨੂੰ ਡੁੱਡਾ ਲੰਗੜਾ ਕਹਿੰਦੇ ਆ ਤੂੰ ਕੁੱਬਾ ਗਾ ਤੂੰ ਡੁੱਡਾ ਲੰਗੜਾ ਸਾਨੂੰ ਨਵੀਂ ਆਈਡੀ ਮੰਨ ਲਓ ਸਾਨੂੰ ਪਤਾ ਉਹ ਕਮੈਂਟ ਕਰ ਰਹੇ ਆ ਪਰ ਖੁਸ਼ ਹੋ ਰਿਹਾ ਨਾ ਕੋਈ ਡੁੱਡਾ ਲੰਗੜਾ ਕਹਿ ਕੇ ਉਹ ਆਪਣਾ ਖੁਸ਼ ਰਹਿਣਾ ਹੈ ਨਾ ਅਤੇ ਪਰਮਾਤਮਾ ਨੇ ਚਲੋ ਬਣਾਇਆ ਆਪਾਂ ਨੂੰ ਜਿਵੇਂ ਹੈ ਨਾ ਕਿਸੇ ਨੂੰ ਖੁਸ਼ੀ ਮਿਲ ਰਹੀ ਆ ਕਹਿਣ 'ਚ ਕੋਈ ਗੱਲ ਨਹੀਂ ਜਿੰਨਾ ਮਰਜ਼ੀ ਜ਼ੋਰ ਬਹੁਤ ਲਾਇਆ ਸਭ ਨੇ ਵੀ ਇਹਨੂੰ ਡੁੱਡਾ ਲੰਗੜਾ ਇਹਨੂੰ ਛੱਡਦੇ ਪਰ ਨਹੀਂ ਮੰਨ ਲਓ ਲੜਾਈ ਤਾਂ ਚਲੋ ਹਰ ਇੱਕ 'ਚ ਹੋ ਜਾਂਦੀ ਥੋੜ੍ਹੀ ਮੋਟੀ ਮਨਾਉਂਦਾ ਕੌਣ ਆ ਫਿਰ ਤੁਹਾਨੂੰ ਮੈਂ ਹੀ ਮਨਾਉਂਦੇ ਕਿਉਂਕਿ ਮੇਰੇ ਪਤਾ ਕੀ ਜੀ ਇਹਨਾਂ ਨੇ ਕਹਿੰਦੇ ਅੱਜ ਕੱਲ੍ਹ ਨਾ ਕੁੜੀਆਂ ਦੇਖਦੀਆਂ ਨੇ ਮੁੰਡਾ ਸੋਹਣਾ ਸੁਨੱਖਾ ਹੋਏ ਜੋਬ ਕਰਦਾ ਹੋਏ ਪੈਸਾ ਟਕਾ ਹੋਏ ਜ਼ਮੀਨ ਜਾਇਦਾਦ ਹੋਏ ਤਾਂ ਨਾ ਤਾਂ ਮੇਰੇ 'ਚ ਇਹ ਕੋਈ ਇੱਦਾਂ ਦਾ ਗੁਣ ਨਹੀਂ ਹੈਗਾ ਨਾ ਮੈਂ ਸੋਹਣਾ ਸੁਨੱਖਾ ਨਾ ਮੈਂ ਨਾ ਮੇਰੇ ਕੋਲ ਪੈਸਾ ਨਾ ਮੇਰੇ ਕੋਲ ਨਾ ਮੈਂ ਕੰਮ ਕਰ ਸਕਣਾ ਇਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਰੱਖਦੇ ਹੋਏ ਮੇਰੇ ਨਾਲ ਗਰੀਬੀ 'ਚ ਸਾਥ ਦਿੱਤਾ 10-10 ਰੁਪਏ ਨਾਲ ਗੁਜ਼ਾਰਾ ਕੀਤਾ ਅਤੇ ਕਿਉਂਕਿ ਹਰੇਕ ਹੁੰਦੀ ਕੁੜੀ ਛੱਡ ਦਿੰਦੀ ਮੈਂ ਕਿਉਂਕਿ ਕੋਈ ਮੈਂ ਇੱਕ ਕਰਵਾਉਣਾ ਕੀ ਹੈ ਤੂੰ ਹੈ ਨਾ ਇਹ ਤਾਂ ਕੰਮ ਨਹੀਂ ਕਰ ਸਕਦਾ ਪਰ ਮੇਰਾ ਹੁਣ ਤੱਕ ਇਹਨਾਂ ਨੇ ਹੱਥ 'ਚ ਹੱਥ ਫੜ ਕੇ ਸਾਥ ਦਿੱਤਾ ਅਤੇ ਮੈਨੂੰ ਇਸ ਚੀਜ਼ ਦਾ ਮਾਣ ਵੀ ਮਹਿਸੂਸ ਹੁੰਦਾ ਕਿ ਪਰਮਾਤਮਾ ਨੇ ਮੈਨੂੰ ਇਸ ਕਾਬਲ ਬਣਾਇਆ ਕਿਉਂਕਿ ਅੱਜ ਅਸੀਂ ਜਿੱਥੇ ਵੀ ਜਾਂਦੇ ਹਾਂ ਸਾਨੂੰ ਲੋਕ ਫੋਟੋਆਂ ਖਿਚਾਉਂਦੇ ਨੇ ਸਾਡੇ ਨਾਲ ਹੈ ਨਾ ਅਸੀਂ ਕਹਿੰਦੇ ਨੇ ਤੁਹਾਨੂੰ ਅਸੀਂ ਸਾਡੇ ਵਲੌਗ ਦੇਖਦੇ ਹਾਂ ਅਸੀਂ ਅਤੇ ਇੰਟਰਵਿਊ ਦੇਖਦੇ ਹਾਂ ਸਾਡੇ ਨਾਲ ਬਹੁਤ ਮਤਲਬ ਕਿ ਜਿਹੜੇ ਆਪਣੇ ਹੁੰਦੇ ਨੇ ਉਹੀ ਕਹਿੰਦੇ ਨੇ ਅਤੇ ਗਲਤ ਉਹੀ ਬੋਲਦੇ ਨੇ ਆਪਣੇ ਬਗਾਨਾ ਕੋਈ ਨਹੀਂ ਬੋਲਦਾ ਇੱਥੇ ਤੱਕ ਜਿੱਥੇ ਤੱਕ ਇਹਨਾਂ ਨੇ ਗੱਲ ਕਹੀ ਸੀਗੀ ਕਿ ਜੇ ਹੱਥ ਫੜੂੰਗਾ ਤਾਂ ਸਿਵਿਆਂ ਤੱਕ ਫੜੂੰਗਾ ਨਹੀਂ ਤਾਂ ਫੜੂੰਗਾ ਹੀ ਨਹੀਂ ਉਹ ਸਟੈਂਡ ਤਾਂ ਹੈਗਾ ਨਾ ਫਿਰ ਉਸ ਚੀਜ਼ ਹੈਗਾ ਜੀ ਹੈਗਾ ਉਹ ਸਟੈਂਡ ਹੈਗਾ ਇਹਨਾਂ ਦਾ ਬਸ ਇਹ ਮੈਨੂੰ ਐ ਮੇਰਾ ਕੋਈ ਸਾਥ ਨਾ ਦੇਵੇ ਬਸ ਇਹ ਹੈਗੇ ਆ ਮੇਰੇ ਨਾਲ ਠੀਕ ਆ ਜਿੱਤੇ ਦੇਖ ਸਕਦੇ ਹੋ ਵੀ
तो जदों बंदे दे नाल ना जनानी खड़ जाती है वह बंदा शेर बन जाता कहिंदा मेरे हक च खड़ी दू ताहीं घुम्मा शेर बन के वह जदों शेर जदों बाहर निकलता हुंदा वह फिर कोई परवाह नहीं हुंदी उहनूं। हाँ जी कोई परवाह नहीं जी, मैं सारे ने मेरे परिवार च सहुरे परिवार च पुलिस भी लैन दी पर जिस तक मेरा साथ सी ना नाल इन्होंने मेरा साथ दिता तो मैंने किसी ने कुछ कहा ही नहीं। अगे भी ये मेरे नाल खड़े ने तो मैंने कोई डर ही नहीं किसी का जी। अपनी लड़ाई किस गल हुंदी है दोवां दी? कुछ नहीं जी, बस लड़ाई नॉर्मल माड़ी माड़ी गल्लां ते वैसे ही हो जाती है। फोन पर लगे रहिंदे उन्हां नूं कर लिया दोस्त नूं मेरे कोले दिंदे ही नहीं वह टप जाते मैं लभदी रहिंदी कित्थे फोन पर पता नहीं कित्थे पहुँच जाते गल करते करते। हुण तुसीं गल तां करिया करो ना मेरे। नहीं करने जी गल, फिर जो कॉल आ जाती ना कई बार वीरे की, हुण थोड़े दिन पहला वीरा चला गया बाहर उन्हां नाल गल कर लाइना तां फिर घर घरद्या फिर मैं ना अपनी लाइफ से सारे कट दिते कोई नहीं मेरी लाइफ से ना सहेली रही है कोई ना कर लो कोई रिश्ता नहीं बचा सिर्फ इन्हों ही है जो भी रिश्ता कोई रिश्ता नहीं बचा। मान लो इन सहेलियां सी ना मेरा पुराना नंबर आ ना मैं किसी ना गल करती नहीं किसी नाल भी नहीं करती गल फोन पर बस वीडियो बनानी अपना वो च लाइफ च मस्त आ जी। हूँ फिर अगे दे की प्लैनिंग्स है थोड़ियाँ आपस च तुसी कित्थे तक अगे दे जिहड़ा फ्यूचर है तुसी देखदे हो ते अगे दे की प्लैनस है थोड़ा वी दस्सो। फ्यूचर जी देखो करना कराना तो उस परमात्मा ने ही है ते आपां तां बस आस रख सकते हैं। बस मैनूं इह चक्कर सी वीरे जदों मेरे नाल जदों इह गल करदे सी ना इह उत्थे दुकान ते लगे सी इह कहिंदे सी वी मैं ना थोड़े क टाइम तक कनेडा चली जाणा जां कितें इंग्लैंड चली जाणा ते इहनूं कहिंदे सी वी तेरे को तूं आधार कार्ड ते जाणा उह गल मेरे ना अज्ज बाहली दिल ते लिखी होई है ते मेरे सिस्टर ने तो बस मेरा ये जिद सिर्फ एक मैं इन्हों इंग्लैंड जरूर लैके जाना मैं बाहर की सैर करवानी बस बस और मेरा कोई नहीं प्लैन परमात्मा मैंने कुछ रोटी दिंदा ना सही है बस मेरा एक सुपना भावें मैं दो दिन वास्ते इंग्लैंड जावा कि बस मैं इन्होंने लैके जाना बस पसीने के अग आ जी अग पूरी करनी है बुझा के हटनी है। हाँ हाँ जी हाँ क्योंकि जो इन्होंने मेरे लिए करता क्योंकि इन्होंने जदों कहते भी तू गल करना उन्हें दो जदू पहले कहने से आना नहीं है जदू आ गए फिर कहने दो महीने नहीं रहना छे महीने नहीं रहना तो कई साडे घर ये गल भी कहें भी तुम अपने टूमा सामभ लो कुड़ी चलाक चुस्ते कि साल हो गए हूँ थोड़े ब्याह ब्याह में मेरे एक साल एक महीना हो गया तो बहुत हूँ कोई छे महीने तो परमात्मा की कृपा ना सब के मूँह तो दलजीत ने बंद करते तो बाकी जेडे जेडे इनू ताने मारे से कितने उन्होंने वो भी इनू बहर नहीं लैके जाते जा कुछ कुछ वो मूँह हूँ बस मेरा मैं बंद करा। भैन भावुक हो रहे हो तुम बार बार क्यों कि ऐसी गल्ला तो पिंच होंदिया इनिया? नहीं मैं ये कहनी हाँ भी मैनू मैनू पता मैनू बहुत गलत सुनने मिलता है ना मान लो मैं बदनाम भी हुई भी है पूरी तो पर मैं बदनामी किस चीज़ बई कहिंदे अपनी मर्जी ना ब्याह कराया गा जे बंदे नाल असीं खड़े हाँ जे असीं जुबान ही देती तो बंदे ने तुहानू जुबान देती फिर बदनामी किस चीज़ दी है तो मान महसूस हुंदा। हाँ जी मैनू नहीं हैगा इस गल का मैं सिर्फ ये सोचती हाँ भी मेरे परमात्मा ने मैनू लिखा ना इन्हां दी लाइफ च मैं सिर्फ अपने गुरु के बचना ते चल रही हूँ इस टाइम मैनू दुनिया गलत चाहे सारी दुनिया गलत गई मैनू किसी की परवाह नहीं मैनू चाहे सारे गलत मैं सिर्फ ये सोचती हूँ जो परमात्मा अपनी लाइफ से लिख दिता ना बदल नहीं सकता कोई भी वो हुक्म बिना पत्ता नहीं हिलता तो फिर जो मैं अपने मेरे हाथ से कलम नहीं जो मैं आपे लिखा गा जो मेरे लिखा से होके रहना से होया गा। की मैसेज देना चाहते हो जड़े लोग तुहानू माड़ा चंगा भी कहें या जड़े लोग तुहानू देख रहे या जड़े लोग हजे भी प्यार दे विच जूझते हैं तो कितने ना कितने अपने वादियां नू पूरा नहीं कर पाते उन्होंने की मैसेज देना चाहते हो? बस मैसेज मेरी यही है कि जिथे दलजीत ने मेरा चलो मेरे कर्म ने मैं हैंडीकैप्ट जो भी हाँ पर कई बार मेरे ये चक्कर भी हो जाता आप ब्याह सही सलामत ना करा दें कल एक्सीडेंट हो जाए एक्सीडेंट हो जाए है ना ये चीज़ा भी कई पास देखने को मिलती ने तो बस यही है जेडे मेरे वर्गे ने तो मैं तो उन्होंने यही कहना क्योंकि मैं भी एक बार उम्मीद छड़ चुका से भी प्लीज़ भी तो उम्मीद नहीं क्योंकि जो एक दरवाजा अपना बंद हो जाता 10 खुल जाते हैं तो कहते ने हाथ की कोई खो सकता मत्थे की लिखी नहीं कोई खो सकता तो बस मैं यही कहना चाहना सब नू भी जेडे मेरे वर्गे हैंडीकैप ने कोई ना हौसला रखो परमात्मा कितना कितने जरूर मेहर करता जिदा मेहर ते करती तो सब ते परमात्मा सब दे भला करे तो जेडे गलत कमेंट भी करते हैं आप तो उही कहने भी ठीक है खुश हो ना तो बस खुश चाहिए बस और कुछ नहीं। हाँ जी बस मैं ये कहनी हाँ जो परमात्मा ने लिखा लाइफ से वह होके रहा वो बदल नहीं सकता मैं सिर्फ ये इस चीज़ पर चलती हाँ मैं दुनिया की तो नहीं चलती भी जो परमात्मा ने अपनी लाइफ से लिखा वो होके रहता।
देख सकते हो तुसी कि माँ रख दी किथे पैरां नू की पता ते प्यार किथे किथे खड़ा नाले गैरां नू की पता। ये गल दी इन्हां ने जिहड़ी पुष्टि करना है बिल्कुल सीधे तरीके नाल कर दित्ती है कि जे प्यार किता है तो उन्हूं निभाना चाहिए है। तो अगर तुसी भी इदां दे ही अच्छे अपडेट्स नाल साडे नाल जुड़े रहो तो इदा द ही वीडियोज़ देखते रहो तो इदा द ही लोगों के नाल प्यार करते रहो तो उन्हां नू किथे ना किथे उन्हां दी किसी प्रॉब्लम करके उन्हां नू छड्डो ना ते उन्हां दा सहारा बनो ते उन्हां नू मोटीवेट करो कि जिंदगी दे विच रल के कुछ अगे वधिया मुकाम पा लैन। ते इदां दे अच्छे अपडेट्स साडे नाल जुड़े रहो। कैमरामैन रोहन दे नाल मैं सुजल तमन लुधियाना टाइम्स।